ਅਸਲਾਮੁਅਲੈਕਮ ਕੀ ਹਾਲ ਹੈ ਦੋਸਤੋ ਠੀਕ ਠਾਕ ਜੇ ਫਾਈਨਲੀ ਪੰਜਾਬੀ ਜ਼ਬਾਨ ਲਈ ਪੰਜਾਬੀ ਬੋਲੀ ਲਈ ਇੱਕ ਬੜੀ ਵਧੀਆ ਤੇ ਗੁੱਡ ਨਿਊਜ਼ ਆਈ ਹੈ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਨਾਮਜ਼ਦ ਚੀਫ ਜਸਟਿਸ ਜਸਟਿਸ ਉਮਰ ਅਤਿਆ ਬੰਦਿਆਲ ਸਾਹਿਬ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਪੰਜਾਬੀ ਜ਼ਬਾਨ ਨਾਲ ਪੰਜਾਬੀ ਬੋਲੀ ਨੂੰ ਧੱਕਾ ਕਰ ਰਹੀ ਹੈ ਪੰਜਾਬੀ ਬੋਲੀ ਨੂੰ ਉਹਦਾ ਹੱਕ ਨਹੀਂ ਦਿੱਤਾ ਜਾ ਰਿਹਾ ਸੋ ਜਸਟਿਸ ਸੁਪਰੀਮ ਕੋਰਟ ਆਫ ਪਾਕਿਸਤਾਨ ਉਮਰ ਅਤਿਆ ਬੰਦਿਆਲ ਸਾਹਿਬ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਪੰਜਾਬ ਵਿੱਚ ਲਾਗੂ ਕੀਤਾ ਜਾਏ ਜਿੱਦਾਂ ਕਿ ਦੂਜੇ ਸੂਬਿਆਂ 'ਚ ਉਹਨਾਂ ਦੀ ਮادری ਜ਼ਬਾਨਾਂ ਪੜ੍ਹਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਆਪਣੇ ਸੂਬੇ ਵਿੱਚ ਆਪਣੀ ਆਵਾਮ ਨੂੰ ਪੰਜਾਬੀ ਕਿਉਂ ਨਹੀਂ ਪੜਾ ਰਹੀ ਪੰਜਾਬੀ ਇੱਕ ਸੂਫੀਆਂ ਬਜ਼ੁਰਗਾਂ ਵਲੀਆਂ ਪੀਰਾਂ ਗੁਰੂਆਂ ਦੀ ਜ਼ੁਬਾਨ ਹੈ ਜਿਸ ਨਾਲ ਧੱਕਾ ਕੀਤਾ ਜਾ ਰਿਹਾ ਹੈ ਸੋ ਇਹਨੂੰ ਪੰਜਾਬ ਦੇ ਸੂਬਾ ਸਕੂਲਾਂ ਕਾਲਜਾਂ 'ਚ ਬਤੌਰ ਲਾਜ਼ਮੀ ਵਿਸ਼ੇ ਮੁੱਮੂਨ ਪਹਿਲੀ ਜਮਾਤ ਤੋਂ ਬੀਏ ਤੱਕ ਲਾਗੂ ਕੀਤਾ ਜਾਏ ਤੇ ਜਸਟਿਸ ਸਾਹਿਬ ਨੇ ਪੰਜਾਬ ਸਰਕਾਰ ਕੋਲ ਰਿਪੋਰਟ ਵੀ ਮੰਗ ਲਈ ਆ ਕਿ ਉਹਨਾਂ ਨੂੰ ਰਿਪੋਰਟ ਦਿੱਤੀ ਜਾਏ ਕਿ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ نافذ ਕੀਤੀ ਜਾਂ ਨਹੀਂ ਸੋ ਚੀਫ ਜਸਟਿਸ ਆਫ ਪਾਕਿਸਤਾਨ ਸੁਪਰੀਮ ਕੋਰਟ ਦੇ ਜਸਟਿਸ ਜਸਟਿਸ ਉਬਰਤਾ ਬਦਿਆਲ ਸਾਹਿਬ ਦਾ ਬਹੁਤ ਹੀ ਵਧੀਆ ਤੇ ਹਿਸਟੋਰੀਕ ਫੈਸਲਾ ਹੈ ਕਿ ਉਹਨਾਂ ਮਾਂ ਬੋਲੀ ਪੰਜਾਬੀ ਨੂੰ ਸਪੋਰਟ ਕੀਤਾ ਹੈ ਜਿੱਦਾਂ ਕਿ ਸਾਡੇ ਸਿੰਧੀ ਭਰਾਵਾਂ ਨੂੰ ਸਿੰਧੀ ਪੜ੍ਹਾਈ ਜਾਂਦੀ ਹੈ ਪਖਤੂਨ ਭਰਾਵਾਂ ਨੂੰ ਪਸ਼ਤੋ ਉਰਦੂ ਦੇ ਨਾਲ ਤੇ ਬੋਲੀ ਚ ਪੜ੍ਹਾਉ ਨਾ ਬੋਲੀ ਚ ਪੜ੍ਹੀ ਜਾਂਦੀ ਹੈ ਸੋ ਸਾਡਾ ਵੀ ਹੀ ਪੰਜਾਬ ਦਾ ਹੱਕ ਹੈ ਕਿ ਸਾਨੂੰ ਸਾਡੀ ਨੈਸ਼ਨਲ ਲੈਂਗੁਏਜ ਕੌਮੀ ਜ਼ਬਾਨ ਉਰਦੂ ਦੇ ਨਾਲ ਪੰਜਾਬੀ ਪੜ੍ਹੀ ਜਾਏ ਜਿਹੜੀ ਕਿ ਸਾਡੀ ਬਜ਼ੁਰਗਾਂ ਦੀ ਸਾਡੀ ਵੱਡਿਆਂ ਦੀ ਮਾਪਿਆਂ ਦੀ ਬੋਲੀ ਹੈ ਸੋ ਅਸੀਂ ਸਾਰੀਆਂ ਜ਼ਬਾਨਾਂ ਸਾਰੀਆਂ ਬੋਲੀਆਂ ਇੱਜ਼ਤ ਕਰਦੇ ਹਾਂ ਅਸੀਂ ਉਰਦੂ ਦੀ ਵੀ ਇੱਜ਼ਤ ਕਰਦੇ ਹਾਂ ਅਸੀਂ ਹਿੰਦੀ ਦੀ ਇੰਗਲਿਸ਼ ਦੀ ਅਰਬੀ ਦੀ ਫਾਰਸੀ ਅਸੀਂ ਸਾਰੀਆਂ ਜ਼ਬਾਨਾਂ ਇੱਜ਼ਤ ਕਰਦੇ ਹਾਂ ਔਰ ਸਾਡੀ ਸਿਰਫ ਇਹ ਨਹੀਂ ਮੰਗਾ ਕਿ ਸਾਡੀ ਮਾਂ ਬੋਲੀ ਦੀ ਵੀ ਇੱਜ਼ਤ ਕੀਤੀ ਜਾਏ ਔਰ ਸਾਡੇ ਬੱਚਿਆਂ ਨੂੰ ਸਕੂਲਾਂ ਕਾਲਜਾਂ 'ਚ ਸਾਡੀ ਮਾਂ ਬੋਲੀ 'ਚ ਪੜਾਇਆ ਜਾਏ ਔਰ ਨਾਲ قومی ਜ਼ਬਾਨ ਵੀ ਪੜ੍ਹਾਇਦਾ ਕੋਈ ਐਸਾ ਹਿਰਜ ਨਹੀਂ ਨੈਸ਼ਨਲ ਲੈਂਗੁਏਜ قومی ਜ਼ਬਾਨ ਵੀ ਪੜ੍ਹਾਇਦਾ ਅਸੀਂ ਉਹਦਾ ਵੀ ਇੱਜ਼ਤ ਸਤਕਾਰ ਕਰਦੇ ਹਾਂ ਲੇਕਿਨ ਉਹਦੇ ਨਾਲ ਜਿਹੜੀ ਸਾਡੀ ਮਾਂ ਬੋਲੀ ਆ ਉਹਨੂੰ ਵੀ ਪੜ੍ਹਾਇਆ ਜਾਏ ਬੱਚਾ ਜਿਹੜੀ ਬੋਲੀ ਆਪਣੀ ਮਾਂ ਦੀ ਗੋਦ ਵਿੱਚ ਸਿੱਖਦਾ ਹੈ ਅਸਲ ਬੋਲੀ ਤਾਂ ਉਹੀ ਹੁੰਦੀ ਆ ਜਿੱਦਾਂ ਮਾਂ ਬਚਨ ਤਿੰਨ ਸਾਲ ਸਾਲ ਤੱਕ ਅੱਲਾ ਕਾ ਕਾ ਸੋ ਜਾ ਮੇਰਾ ਪੁੱਤ ਆ ਜਾ ਮੇਰਾ ਪੁੱਤ ਮਾਂ ਲੋਰੀਆਂ ਦਿੰਦੀ ਆ ਪੰਜਾਬੀ ਸਾਨੂੰ ਸਾਡੀ ਮਾਵਾਂ ਸੋ 3-4 ਸਾਲ ਤੱਕ ਆਪਾਂ ਮਾਂ ਦੀ ਗੋਲ ਚ ਸਿੱਖਦੇ ਹਾਂ ਬੋਲੀ ਉਹਲੀ ਸਕੂਲੇ ਜਾਂਦੇ ਸਾਨੂੰ ਅੰਗਰੇਜ਼ੀ ਤੇ ਉਰਦੂ ਲਾ ਦਿੰਦੇ ਨੇ ਜਿਹੜੇ ਸਾਨੂੰ ਸਮਝ ਨਹੀਂ ਆਂਦੀ ਸੋ ਠੀਕ ਆ ਵੀ ਉਰਦੂ ਸਾਡੀ ਕੌਮੀ ਜ਼ਬਾਨ ਹੈ ਇਹ ਵੀ ਨਾਲ ਹੋਣੀ ਚਾਹੀਦੀ ਲਾਜ਼ਮੀ ਹੋਏ ਹੈਗੀ ਵੀ ਆ ਇਹ ਨਾਲ ਸਾਡੀ ਪੰਜਾਬੀ ਵੀ ਹੋਣੀ ਚਾਹੀਦੀ ਸਾਡੀ ਜਿਹੜੀ ਮਾਂ ਬੋਲੀ ਹੈ ਜਿੱਦਾਂ ਕਿ ਸਾਡੇ ਦੂਜੇ ਸੂਬਿਆਂ ਚ ਉਹਨਾਂ ਦੀ ਮਾਂ ਬੋਲੀ ਪੜਾਈ ਜਾ ਰਹੀਆਂ ਸੋ ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਬਹੁਤ ਵਧੀਆ ਫੈਸਲਾ ਹੈ ਹੁਣ ਪੰਜਾਬ ਸਰਕਾਰ ਨੂੰ ਜ਼ਰੀਏਲਾ ਪੰਜਾਬ ਸਰਦਾਰ ਉਸਮਾਨ ਬਜ਼ਾਰ ਸਾਹਿਬ ਨੂੰ ਚਾਹੀਦਾ ਹੈ ਕਿ ਸੁਪਰੀਮ ਕੋਰਟ ਆਫ ਪਾਕਿਸਤਾਨ ਦੇ ਹੁਕਮ ਤੇ ਅਮਲ ਕਰਦਾ ਆਇਆ ਪੰਜਾਬ ਦੇ ਵਿੱਚ ਫੋਰੀ ਤੌਰ ਤੇ ਇੱਕ ਬੋਰਡ ਬਣਾਇਆ ਜਾਵੇ ਜਿਹੜਾ ਕਿ ਸਿਲੇਬਸ ਪੰਜਾਬੀ ਦਾ ਤਿਆਰ ਕਰੇ ਔਰ ਪਹਿਲੀ ਜਬਾਤ ਤੋਂ ਲੈ ਕੇ ਬੀਏ ਤੱਕ ਪੰਜਾਬੀ ਨੂੰ ਬਤੌਰੇ ਲਾਜ਼ਮੀ ਹੋਣ ਪੜਾਇਆ ਜਾਵੇ ਜਿਸ ਉਰਦੂ ਦੇ ਨਾਲ ਨਾਲ ਔਰ ਪੰਜਾਬ ਅਸੈਂਬਲੀ 'ਚ ਪੰਜਾਬੀ ਬੋਲਣੀ ਚਾਹੀਦੀ ਆ ਔਰ ਪੰਜਾਬ ਦੇ ਸਕੂਲਾਂ ਕਾਲਜਾਂ 'ਚ ਪੰਜਾਬ ਦਫ਼ਤਰੇ ਪੰਜਾਬੀ ਜਾਂਚ ਦੇਣੀ ਚਾਹੀਦੀ ਹੈ ਕਿਉਂਕਿ ਇਹ ਸਾਡੀ ਮਾਂ ਬੋਲੀ ਆ ਅਸੀਂ ਇਹ ਸਾਡੀ ਪਛਾਣ ਹੈ ਬਾਕੀ ਸਾਡੀ ਕੌਮੀ ਜ਼ਬਾਨ ਉਰਦੂ ਆ ਅਸੀਂ ਉਹਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਹਾਂ ਅਸਲਾਮੁਅਲੈਕੁਮ